ਹਾਰ ਆ ਮੇਰੇ ਹਜ਼ਾਰਾਂ ਪੁੱਤਰ ਧੀਆਂ ਜਿਉਂਦੇ ਆ ਫਿਰ ਕੀ ਹੋਇਆ ਚਾਰ ਇਹਨਾਂ ਤੋਂ ਕੁਰਬਾਨ ਕਰ ਦਿੱਤੇ ਇਸ ਕਰਕੇ ਆਪਾਂ ਕਹਿੰਦੇ ਹਾਂ ਦਸ਼ਮੇਸ਼ ਪਿਤਾ ਅਤੇ ਉਹਨੂੰ ਪਖੰਡੀ ਨੂੰ ਲੋਕ ਐਵੇਂ ਪਿਤਾ ਜੀ ਕਹੀ ਕਿ ਸਲਾਹੁਣ ਯੋਗ ਹੈ ਨਹੀਂ ਸੀ ਪਰ ਸਲਾਹੀ ਗਏ ਪਰ ਸਤਿਗੁਰੂ ਜੀ ਜਪ ਜੀ ਸਾਹਿਬ ਦੇ ਵਿੱਚ ਸਾਨੂੰ ਇਹ ਤਾਕੀਦ ਕਰ ਰਹੇ ਹੈ ਇਹ ਸਮਝਾ ਰਹੇ ਆ ਇਹ ਉਪਦੇਸ਼ ਕਰ ਰਹੇ ਆ ਕਿ ਜੋ ਸਲਾਹੁਣ ਯੋਗ ਪਰਮਾਤਮਾ ਸਿਰਫ ਉਸੇ ਨੂੰ ਸਲਾਹ ਸਤਿਗੁਰਾਂ ਨੇ ਤਾਂ ਬਾਣੀ ਵਿੱਚ ਐਸਾ ਵੀ ਆਖਿਆ ਨਾ ਵੀ ਦੁਨੀਆ ਨਾ ਸਾ ਲਾਹੇ ਜੋ ਮਰ ਵੰਝ ਸੀ ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਸੀ ਲੋਕਾਂ ਦਾ ਕੀ ਸਲਾਹ ਹੋਣਾ ਜੋ ਸਲਾਹੁਣ ਯੋਗ ਪਰਮਾਤਮਾ ਹੈ ਉਹਦੀ ਸਿਫਤ ਸਲਾਹ ਕਰ ਸਾ ਲਾਹੀ ਸਾ ਲਾਹੇ ਜੋ ਸਲਾਹੁਣ ਯੋਗ ਪਰਮਾਤਮਾ ਹੈ ਉਹਦੀ ਸਿਫਤ ਸਲਾਹ ਜਦੋਂ ਕਰਦੇ ਹਾਂ ਅਤੇ ਕਿੰਨੀ ਦੇਰ ਕਰਨੀ ਹੈ ਸਤਿਗੁਰ ਸੱਚੇ ਪਾਤਸ਼ਾਹ ਉਚਾਰਨ ਕਰਦੇ ਆ ਏਤੀ ਸੁਰਤ ਨਾ ਪਾਈਆ ਕਹਿੰਦੇ ਉਦੋਂ ਤੱਕ ਉਹਦੀ ਸਿਫਤ ਸਲਾਹ ਕਰਦੇ ਜਾਓ ਕਰਦੇ ਜਾਓ ਕਰਦੇ ਜਾਓ ਜਦੋਂ ਤੱਕ ਤੁਹਾਡੀ ਸੁਰਤ ਦੀ ਇਤੀ ਨਾ ਹੋ ਜਾਵੇ ਇਤੀ ਨਾਮ ਸੰਸਕ੍ਰਿਤ ਦੇ ਵਿੱਚ ਅੰਤ ਦਾ ਹੈ ਐਂਡ ਦਾ ਖਤਮ ਦਾ ਸਮਾਪਤ ਕਹਿ ਲਓ ਜਦੋਂ ਆਪਾਂ ਧਾਰਮਿਕ ਪੁਸਤਕਾਂ ਨੂੰ ਪੜ੍ਹਦੇ ਹਾਂ ਉਹਨਾਂ ਵਿੱਚ ਵੀ ਕਈ ਜਗ੍ਹਾ ਦੇ ਉੱਤੇ ਇਤੀ ਸ਼ਬਦ ਲਿਖਿਆ ਹੁੰਦਾ ਹੈ ਈੜੀ ਨੂੰ ਸਿਹਾਰੀ ਤੱਤੇ ਨੂੰ ਸਿਹਾਰੀ ਕਰਕੇ ਇਤ ਲਿਖਿਆ ਹੁੰਦਾ ਹੈ ਉਹਦਾ ਮਤਲਬ ਸਮਾਪਤੀ ਹੁੰਦਾ ਹੈ ਚੌਪਈ ਸਾਹਿਬ ਦਾ ਪਾਠ ਕਰਦੇ ਹਾਂ ਨਾ ਆਪਾਂ ਉੱਥੇ ਵੀ ਆਉਂਦਾ ਇਤ ਸ੍ਰੀ ਚਰਿੱਤਰੋ ਪਖਿਆਨੇ ਆਉਂਦਾ ਨਾ ਪਾਠ ਉੱਥੇ ਵੀ ਸਮਾਪਤੀ ਹੈ ਉਸ ਪਾਠ ਦੀ ਉਸ ਰਚਨਾ ਦੀ 405 ਚਰਿੱਤਰ ਸਮਾਪਤ ਮਸਤ ਸੋ ਮਸਤ ਅਫਜੂ ਸੋ ਉੱਥੇ ਇਤੀ ਹੈ ਸਮਾਪਤੀ ਹੈ ਇਤੀ ਦਾ ਮਤਲਬ ਹੀ ਸਮਾਪਤੀ ਹੈ ਕਹਿੰਦੇ ਸਲਾਹੁਣ ਯੋਗ ਪਰਮਾਤਮਾ ਨੂੰ ਸਲਾਹੋ ਜਦੋਂ ਤੱਕ ਸੁਰਤ ਦਾ ਅੰਤ ਨਾ ਹੋ ਜਾਵੇ ਸੁਰਤ ਉਹਦੇ ਵਿੱਚ ਲਿਵਲੀਨ ਨਾ ਹੋ ਜਾਵੇ ਮਿਲ ਨਾ ਜਾਵੇ ਉਹ ਬ੍ਰਹਮ ਦਾ ਸਰੂਪ ਨਾ ਹੋ ਜਾਵੇ ਉਸ ਵੇਲੇ ਤੱਕ ਉਸ ਬ੍ਰਹਮ ਨੂੰ ਸਲਾਹੋ ਹਾਂ ਕਹਿੰਦੇ ਜਿਵੇਂ ਨਦੀਆਂ ਅਤੇ ਵਾਹ ਦਰਿਆ